ਇਹ ਆਪਾਂ ਅੱਗੇ ਸਮਿਟਰੀ ਆ, ਮਤਲਬ ਮੁਰਦਾ ਘਰ ਹੈ ਕੈਨੇਡਾ ਚ। ਤੇ ਤੁਸੀਂ ਸੁਣਿਆ ਹੋਣਾ ਪਹਿਲਾਂ ਜਿਹੜਾ ਹੈਗਾ ਵੀ ਭਾਈ ਇਹ ਪੋਪੀ ਫਲਾਵਰ ਰੱਖਦੇ ਆ ਉੱਪਰ, ਜਦੋਂ ਜਿਹੜੇ ਮਰੇ ਬੰਦੇ ਹੁੰਦੇ ਆ ਉਹਨਾਂ ਦੇ ਮਤਲਬ ਜਿਹੜੀਆਂ ਕਬਰਾਂ ਦੇ ਉੱਪਰ, ਠੀਕ ਹੈ। ਤਾਂ ਫਿਰ ਸਾਡੇ ਵਾਲੇ ਜਿਹੜੇ ਹੈਗੇ ਆ ਉਹ ਜਿਹੜਾ ਹੈਗਾ ਇਹਨਾਂ ਦੇ ਚੱਕ ਚੁੱਕ ਕੇ ਛੱਕ ਚੁੱਕ ਲੈਂਦੇ ਜਿਹੜੇ ਸਾਡੇ ਬੰਦੇ ਹੁੰਦੇ ਆ। ਤਾਂ ਹੁਣ ਅੱਜ ਆਪਾਂ ਦੇਖਦੇ ਹਾਂ, ਮੈਂ ਤੁਹਾਨੂੰ ਇੱਥੇ ਸਾਹਮਣੇ ਦਿਖਾਉਣਾ ਮੈਂ ਸਾਰੀ ਸਾਰੀ ਚੀਜ਼ ਵੀ ਕਿੱਦਾਂ ਇਹਨਾਂ ਦੇ ਫੁੱਲ ਪਏ ਹੁੰਦੇ ਆ ਪੋਪੀ ਫਲਾਵਰ, ਤੇ ਕਿੱਦਾਂ ਜਿਹੜਾ ਹੈਗਾ ਉਹ ਸਾਰੀ ਚੀਜ਼ ਵਰਤਦੀ ਹੈ, ਹਨਾ, ਪਾਣਾ ਕਿਵੇਂ ਵਰਤਿਆ ਹਨਾ। ਉਹਦੇ ਵਿੱਚ ਆਹ ਫਿਲਹਾਲ ਮੈਂ ਇੱਥੋਂ ਦੇ ਮੁਰਦਾ ਘਰ 'ਚ ਹਾਂ। ਹੁਣ ਆਹ ਤਾਂ ਫਰੰਟ 'ਤੇ ਆ, ਠੀਕ ਆ, ਜਿਵੇਂ ਆਹ ਬੰਦਿਆਂ ਦੇ ਨਾਂ ਨੂੰ ਲਿਖੇ ਪਏ ਇਹਨਾਂ ਨੇ, ਜੋ ਵੀ ਗ੍ਰੈਸੀ ਗਰੂਸੀ ਜੋ ਵੀ ਕੋਈ ਗਿਆ ਹੋਣਾ ਦੁਨੀਆਂ 'ਤੇ, ਉਹ ਦੇਖ ਬੀਬੀ ਦਾ ਆਪਦੇ ਦਾ ਲਾਮੋਨੀ ਦਾ ਉਹਦਾ ਫੋਟੋ ਵੀ ਰੱਖੀ ਹੈ ਨਾ ਉਹਨਾਂ ਨੇ। ਅਤੇ ਇੱਧਰ ਆਹ ਥੋੜ੍ਹਾ ਮੈਂ ਅੱਗੇ ਲੰਘ ਗਿਆ ਤਾਂ ਇੱਧਰ ਦੇ ਪਿੱਛੇ ਪਾਸੇ ਆ ਵੀ ਬੌਂਡ ਫਲਾਨਾ ਧਮਕਾ, ਹੈ ਨਾ। ਤਾਂ ਆਹ ਸਾਰੇ ਸਾਰੇ ਵੀ ਕੈਨੇਡਾ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਇਹ ਹੁੰਦਾ ਸੀਗਾ ਵੀ ਇਹਨਾਂ ਦੇ ਉੱਤੇ ਪੋਪੀ ਫਲਾਵਰ ਰੱਖ ਜਾਂਦੇ ਸੀਗੇ ਸਾਰੇ ਸਾਰੇ, ਹੈ ਨਾ। ਪਰ ਹੁਣ ਜੇ ਦੇਖਿਆ ਜਾਵੇ ਮੈਂ ਪਹਿਲਾਂ ਸਾਰੇ ਦੇ ਗੀੜਾ ਕੱਢਿਆ ਤਾ, ਠੀਕ ਹੈ, ਅਤੇ ਵੀ ਭਾਈ ਕੀ ਇੱਥੇ ਪੋਪੀ ਫਲਾਵਰ ਪਏ ਆ। ਹੁਣ ਖਾਸ ਕਰਕੇ ਜਿਹੜਾ ਹੈਗਾ ਬ੍ਰੈਂਪਟਨ ਦੇ ਵਿੱਚ ਹੁਣ ਉਹ ਇਲੀਗਲ ਕਰਤਾ, ਮੰਨ ਲਓ ਤੁਸੀਂ 4 ਕੁ ਫੁੱਲ ਤਾਂ ਘਰੇ ਲਾ ਸਕਦੇ ਹੋ, ਅਤੇ ਪਹਿਲਾਂ ਜਿਹੜਾ ਹੈਗਾ ਖੁੱਲ੍ਹੇ ਜਿਹੜਾ ਲੋਕ ਬੀਜ ਲੈਂਦੇ ਸੀਗੇ। ਅਤੇ ਜਦੋਂ ਆਪਣੇ ਵਾਲੇ ਇੱਥੇ ਆਉਂਦੇ ਸੀਗੇ ਮੁਰਦਾ ਘਰਾਂ ਦੇ ਵਿੱਚ, ਹੈ ਨਾ, ਤਾਂ ਮੰਨ ਲਓ ਇਹ ਤਾਂ ਲੋਕ ਲਿਆਉਂਦੇ ਸੀਗੇ ਪੋਪੀ ਫਲਾਵਰ ਨੂੰ ਇਹਨਾਂ ਦੇ ਉੱਤੇ ਗੁਲਦਸਤੇ ਜੇ ਰੱਖਣ ਵਾਸਤੇ ਵੀ ਫਲਾਵਰ ਹੈ। ਅਤੇ ਸਾਡੇ ਵਾਲੇ ਕੀ ਕਰਦੇ ਸੀਗੇ ਉਹ ਗੁਲਦਸਤੇ ਜਿਹੜਾ ਹੈਗਾ ਉਹੀ ਖਰੀਦਣ ਜਾ ਵੜਦੇ ਸੀ। ਅਤੇ ਪਰ ਲੋਕਾਂ ਇਹਨਾਂ ਦੇ ਲੋਕਲ ਲੋਕ ਪੁੱਛਣ ਲੱਗ ਗਏ ਵੀ ਤੁਹਾਡੇ ਇੰਨੇ ਬੰਦੇ ਮਰਨ ਲੱਗ ਗਏ ਵੀ ਜਿਹੜਾ ਹੈਗਾ ਇੰਨੇ ਪੋਪੀ ਫਲਾਵਰ ਸਾਡੇ ਵਿਕਦੇ ਆ, ਹੈ ਨਾ। ਤਾਂ ਉਹ ਫਿਰ ਹੌਲੀ ਹੌਲੀ ਬੰਦਿਆਂ ਨੂੰ ਪਤਾ ਲੱਗਿਆ ਵੀ ਇਹ ਤਾਂ ਸਾਡੇ ਵਾਲੇ ਤਾਂ ਖਾਂਦੇ ਆ, ਹੈ ਨਾ, ਵੀ ਮੰਨ ਲਾ ਤੁਹਾਡੇ ਵਾਲੇ ਤਾਂ ਮੁਰਦਿਆਂ ਦੇ ਜਿਹੜਾ ਹੈਗਾ ਮੁਰਦਿਆਂ 'ਚ ਮੁਰਦਿਆਂ 'ਤੇ ਪਾਉਂਦੇ ਆ ਅਤੇ ਸਾਡੇ ਮੁਰਦਿਆਂ ਜਾਨ ਪਾਉਂਦੇ ਆ, ਹੈ ਨਾ। ਸੋ ਇੱਧਰਲੇ ਪਾਸੇ ਪਰ ਹੁਣ ਜਿਹੜਾ ਹੈਗਾ ਇੱਥੇ ਉਹ ਕੰਮ ਨਿਬੜ ਚੁੱਕਿਆ ਵੀ ਪੋਪੀ ਫਲਾਵਰ ਹੁਣ ਰੱਖਣ ਨੂੰ ਬੰਦ ਕਰਤਾ ਇਹਨਾਂ ਲੋਕਾਂ ਨੇ। ਅਤੇ ਹੁਣ ਜ਼ਿਆਦਾਤਰ ਆਰਟੀਫਿਸ਼ਲ ਫੁੱਲ ਜਿਹੀ ਹੈ, ਠੀਕ ਆ, ਜਦੋਂ ਕੋਈ ਤਾਜ਼ਾ ਤਾਜ਼ਾ ਮਰਦਾ ਮੇਰੇ ਹਿਸਾਬ ਨਾਲ ਉਦੋਂ ਭਾਵੇਂ ਰੱਖ ਦਿੰਦੇ ਹੁਣ, ਅਤੇ ਅਦਰਵਾਈਜ਼ ਜਿਹੜਾ ਹੈਗਾ ਪੋਪੀ ਫਲਾਵਰ ਵਾਲਾ ਕੰਮ ਖਤਮ ਆ। ਸੋ ਜਿਹੜੇ ਮੇਰੇ ਵਰਗੇ ਵੀਰ ਭਰਾ, ਹੈ ਨਾ, ਖਾਣ ਪੀਣ ਵਾਲੇ ਨਵੇਂ ਨਵੇਂ ਐਂ ਜਿਹੜਾ ਹੈਗਾ ਆਪਾਂ ਖਾਸ ਕਰਕੇ ਬ੍ਰਹਮਪੁਰ ਵਾਲੇ ਇਲਾਕੇ 'ਚ ਆਏ ਆ, ਤਾਂ ਉਹਨਾਂ ਦੇ ਵਾਸਤੇ ਮੈਂ ਜਾਰੀ ਕਰ ਦਿੰਦਾ ਵੀ ਭਾਈ ਹੁਣ ਪੋਪੀ ਫਲਾਵਰਾਂ ਵਾਲਾ ਤਾਂ ਇੱਥੇ ਮੱਥਾ ਮਾਰਨ ਦੀ ਫਾਇਦਾ ਕੋਈ ਨਹੀਂ, ਕਿਉਂਕਿ ਹੁਣ ਵੀਰੇ ਅੰਗਰੇਜ਼ ਵੀ ਆਪਾਂ ਸਿਆਣੇ ਕਰਦੇ ਹਾਂ, ਅੰਗਰੇਜ਼ ਇਹ ਪੋਪੀ ਫਲਾਵਰ ਰੱਖਣਾ ਇਹਨਾਂ ਨੇ ਬੰਦ ਕਰਤਾ। ਵੈਸੇ ਵੀ ਜੇਕਰ ਕਹੀਏ ਜੇ ਪੋਪੀ ਫਲਾਵਰ ਦੀ ਜਿਹੜੀ ਖੇਤੀ ਜਿਹੜੀ ਹੈਗੀ ਆ ਬੰਦ ਹੋਈ ਆ, ਹੈ ਨਾ, ਉਹ ਇੱਥੋਂ ਦੇ ਮੰਨ ਲਾ ਇੱਕ ਆਪਣੇ ਰਾਮਪਰੇ ਫੂਲ ਪਿਛੋਕੜ ਦਾ ਇੱਕ ਬੰਦਾ ਸੀਗਾ, ਅਤੇ ਮੰਨ ਲਓ ਉਹ ਇੱਥੇ ਸੁਧਾਣੇ ਅਹੁਦੇ 'ਤੇ ਸੀਗੇ ਕਿਸੇ, ਤਾਂ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਯਾਰ ਇਹਦੇ ਨਾਲ ਨੁਕਸਾਨ ਹੁੰਦਾ, ਹੈ ਨਾ। ਸੋ ਭਾਈ ਹੁਣ ਪੰਜਾਬ ਵਾਲਿਓ ਕੈਨੇਡਾ ਵਾਲੇ ਵੀ ਆਪਣੇ ਵਰਗੇ ਹੋ ਗਏ, ਠੀਕ ਆ, ਭੁੱਕੀ ਵਾਸਤੇ ਇਹ ਵੀ ਦੱਸਦਾ ਹੀ ਆ। ਸੋ ਇੱਥੇ ਪਰ ਜਿਹੜਾ ਹੈਗਾ ਭੰਗ ਦਾ ਨਸ਼ਾ ਤੁਸੀਂ ਉਹ ਲੀਗਲ ਕਰ ਸਕਦੇ ਹੋ 21 ਸਾਲ ਤੋਂ ਉਮਰ ਤੋਂ ਵੱਧ, ਅਤੇ ਬਾਕੀ ਹੋਰ ਪਰ ਇੱਥੇ ਨਹੀਂ ਆ। ਆਹ ਦੇਖੋ ਐਪੀ ਬਰਥਡੇ ਵਾਲਾ ਵੀ ਇਹਨਾਂ ਨੇ ਬੂਟਾ ਲਾਇਆ, ਹੈ ਨਾ। ਸੋ ਇਹਨਾਂ ਨੇ ਵੈਸੇ ਸਮਿਟਰੀਆਂ ਬੜੀਆਂ 'ਚ ਸਜਾਈਆਂ ਹੋਈਆਂ, ਇਹ ਦੇਖ ਕੇ ਮੈਨੂੰ ਘੈਂਟ 'ਚ ਲੱਗਿਆ ਵੀ ਇੱਧਰਲੇ ਪਾਸੇ ਕਿਸੇ ਨੇ ਕੋਈ ਹੋਰ ਚੀਜ਼ ਬਣਾਈ ਹੁੰਦੀ ਹੈ, ਹੈ ਨਾ। ਸੋ ਮੈਂ ਕਿਹਾ ਯਾਰ ਅੱਜ ਇਹ ਦੇਖ ਕੇ ਆ ਗਏ ਵੀ ਇੱਥੇ ਪੋਪੀ ਫਲਾਵਰ ਹੈਗਾ ਤਾਂ ਨਹੀਂ। ਸੋ ਆਪਾਂ ਸਾਰੀ ਸਮਿਟਰੀ ਮੈਂ ਛਾਣ ਛੂਣ ਕੇ ਦੇਖ ਲਈਆ, ਇੱਥੇ ਕੋਈ ਜਿਹੜਾ ਹੈਗਾ ਪੋਪੀ ਫਲਾਵਰ ਅੱਜ ਕੱਲ੍ਹ ਨਹੀਂ ਰੱਖਦਾ। ਸੋ ਇੱਥੇ ਮੱਥਾ ਮਾਰਨ ਦੀ ਲੋੜ ਕੋਈ ਨਹੀਂ ਬਈ।